ਸਸਕਾਲ ਤੁਸੀਂ ਵੇਖ ਰਹੇ ਹੋ ਵਰਲਡ ਪੰਜਾਬੀ ਟੀਵੀ ਤੇ ਮੈਂ ਅੰਕੁਸ਼ ਕੋਲੀ ਤੁਹਾਡਾ ਸਵਾਗਤ ਕਰਦਾ ਇਸ ਖਾਸ ਪੇਸ਼ਕਸ਼ ਅਸੀਂ ਗੱਲ ਕਰਾਂਗੇ ਕਿ ਕਿਵੇਂ ਇੱਕ ਕਿਸਾਨ ਦੇ ਪੁੱਤ ਦਾ ਚੀਫ ਜਸਟਿਸ ਆਫ ਇੰਡੀਆ ਬਣਨ ਤੱਕ ਦਾ ਜਿਹੜਾ ਹੈ ਸਫ਼ਰ ਰਿਹਾ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਸਟਿਸ ਐਨਵੀ ਰਮਨਾਂ ਦੀ ਜਿਨ੍ਹਾਂ ਨੂੰ ਅੱਜ 48ਵੇਂ ਚੀਫ ਜਸਟਿਸ ਆਫ ਇੰਡੀਆ ਵਜੋਂ ਅਪਾਇੰਟ ਕੀਤਾ ਗਿਆ ਇਸ ਖਾਸ ਪੇਸ਼ਕਸ਼ ਅਸੀਂ ਗੱਲ ਕਰਾਂਗੇ ਕਿ ਕਿਵੇਂ ਉਹਨਾਂ ਨੇ ਜਿਹੜਾ ਹੈ ਇੱਕ ਕਿਸਾਨ ਦੇ ਘਰ ਜਨਮ ਲਿਆ ਔਰ ਚੀਫ ਜਸਟਿਸ ਆਫ ਇੰਡੀਆ ਬਣਨ ਤੱਕ ਦਾ ਸਫ਼ਰ ਤੈਅ ਕੀਤਾ ਤੇ ਉਹਨਾਂ ਨੇ ਕੀ ਕੀ ਮੁੱਖ ਜੱਜਮੈਂਟ ਹੁਣ ਤੱਕ ਦਿੱਤੀਆਂ ਆਪਣੇ ਕਰੀਅਰ 'ਚ ਤੇ ਇਸ ਤੋਂ ਇਲਾਵਾ ਕੀ ਪ੍ਰੋਸੀਜਰ ਰਹਿੰਦਾ ਹੈ ਚੀਫ ਜਸਟਿਸ ਆਫ ਇੰਡੀਆ ਦੇ ਅਪੁਆਇੰਟਮੈਂਟ ਨੂੰ ਲੈ ਕੇ तमाम ਚੀਜ਼ਾਂ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਇਸ ਪੇਸ਼ਕਸ਼ ਤੇ ਸ਼ੁਰੂਆਤ ਕਰਦੇ ਹਾਂ ਜਸਟਿਸ ਐਨਵੀ ਰਮੰਨਾ ਦਾ ਪੂਰਾ ਨਾਮ ਹੈ ਨੁਥਲਾਪਤੀ ਵੈਂਕਟਾ ਰਮੰਨਾ ਤੇ ਇਹਨਾਂ ਦਾ ਜਨਮ ਆਂਧਰਾ ਪ੍ਰਦੇਸ਼ ਦੇ ਜਿਹੜਾ ਹੈ ਇੱਕ ਪਿੰਡ 'ਚ ਹੋਇਆ ਸੀ ਤੇ ਹੁਣ ਇਹਨਾਂ ਦੀ ਉਮਰ ਹੈ 63 ਸਾਲ ਦੀ ਤੇ ਪ੍ਰੋਸੀਜਰ ਦੀ ਗੱਲ ਕਰ ਲੈਣੇ ਆ ਕਿ ਚੀਫ ਜਸਟਿਸ ਆਫ ਇੰਡੀਆ ਦਾ ਬਣਨ ਦਾ ਪ੍ਰੋਸੀਜਰ ਕੀ ਰਹਿੰਦਾ ਹੈ ਅਪੁਆਇੰਟਮੈਂਟ ਦਾ ਪ੍ਰੋਸੀਜਰ ਕੀ ਰਹਿੰਦਾ ਹੈ ਸਭ ਤੋਂ ਪਹਿਲਾਂ ਜਿਹੜੇ ਮੌਜੂਦਾ ਚੀਫ ਜਸਟਿਸ ਆਫ ਇੰਡੀਆ ਹੁੰਦੇ ਨੇ ਜਿਵੇਂ ਹੁਣ ਜਸਟਿਸ ਐਸੇ ਬੋਬੜੇ ਜਿਹੜਾ ਹੈ ਇਹਨਾਂ ਤੋਂ ਪਹਿਲਾਂ ਸੀਗੇ ਉਹਨਾਂ ਦਾ 23 ਅਪ੍ਰੈਲ ਤੱਕ ਜਿਹੜਾ ਹੈ ਟਿਨਿਓਰ ਹੈ ਮੌਜੂਦਾ ਚੀਫ ਜਸਟਿਸ ਇੱਕ ਨਾਮ ਜਿਹੜਾ ਹੈ ਉਸ ਦੀ ਸਿਫਾਰਿਸ਼ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ ਉਸ ਤੇ ਮੋਹਰ ਲਗਾਉਂਦੇ ਨੇ ਕਿਉਂਕਿ ਸਾਡੇ ਸੰਵਿਧਾਨ ਚ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਆਰਟੀਕਲ 124 ਦੇ ਕਲੋਜ਼ 2 ਦੇ ਤਹਿਤ ਪਾਵਰਾਂ ਦਿੱਤੀਆਂ ਗਈਆਂ ਨੇ ਕਿ ਉਹ ਚੀਫ ਜਸਟਿਸ ਆਫ ਇੰਡੀਆ ਨੂੰ ਅਪੋਇੰਟ ਕਰ ਸਕਦੇ ਨੇ ਤੇ ਇਸੇ ਪ੍ਰੋਸੀਜਰ ਦੇ ਤਹਿਤ ਜਿਹੜੇ ਹੁਣ ਚੀਫ ਜਸਟਿਸ ਆਫ ਇੰਡੀਆ ਸੀਗੇ ਜਸਟਿਸ ਐਸਏ ਚੀਫ ਜਸਟਿਸ ਆਫ ਇੰਡੀਆ ਐਸਏ ਬੋਬੜੇ ਉਹਨਾਂ ਨੇ ਜਿਹੜਾ ਹੈ ਜਸਟਿਸ ਐਨਵੀ ਰਮੰਨਾ ਦਾ ਨਾਮ ਜੀ ਸਿਫਾਰਿਸ਼ ਕੀਤੀ ਜਿਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਜਿਹੜਾ ਹੈ ਇਸ ਤੇ ਮੋਹਰ ਲਗਾਈ ਤੇ ਤੁਹਾਨੂੰ ਦੱਸ ਦਈਏ ਜਿਹੜਾ ਵਾਰੰਟ ਕਹਿੰਦੇ ਨੇ ਉਸ ਨੂੰ ਜਿਹੜਾ ਹੈਂਡਓਵਰ ਕੀਤਾ ਜਾਂਦਾ ਹੈ ਲੈਟਰ ਪ੍ਰੈਜ਼ੀਡੈਂਟ ਦੇ ਸਾਈਨ ਹੋ ਕੇ ਤੇ ਜਿਹੜੇ ਅਗਰ ਗੱਲ ਕੀਤੀ ਜਾਵੇ ਇਹਨਾਂ ਨੂੰ ਅੱਜ ਜਿਹੜਾ ਵਾਰੰਟ ਜਿਹੜਾ ਹੈ ਅਪੁਆਇੰਟਮੈਂਟ ਦਾ ਮਿਲਿਆ ਉਹ ਪ੍ਰਿੰਸੀਪਲ ਸੈਕਟਰੀ ਨੇ ਪ੍ਰਾਈਮ ਮਿਨਿਸਟਰ ਦੇ ਪੀ ਕੇ ਮਿਸ਼ਰਾ ਇਸ ਤੋਂ ਇਲਾਵਾ ਸੈਕਟਰੀ ਜਸਟਿਸ ਨੇ ਲਾ ਮਿਨਿਸਟਰੀ ਦੇ ਬਰुण ਮੇਤਰਾ ਉਹਨਾਂ ਵੱਲੋਂ ਜਿਹੜਾ ਹੈ ਪ੍ਰੈਜ਼ੀਡੈਂਟ ਦੇ ਸਾਈਨ ਹੋਇਆ ਹੈ ਵਾਰੰਟ ਅਪੁਆਇੰਟਮੈਂਟ ਦਾ ਅੱਜ ਜਸਟਿਸ ਐਨ ਵੀ ਰਮੰਨਾ ਨੂੰ ਦਿੱਤਾ ਗਿਆ ਤੇ ਜਿਸ ਤਰ੍ਹਾਂ 23 ਅਪ੍ਰੈਲ ਤੱਕ ਟਿਨਯੂਰ ਹੈ ਜਿਹੜੇ ਐਸ ਐ ਬੋਬੜੇ ਦੀ ਤੇ ਉਸ ਤੋਂ ਬਾਅਦ 24 ਅਪ੍ਰੈਲ ਨੂੰ ਸੌ ਚੁੱਕਣਗੇ ਜਸਟਿਸ ਐਨ ਵੀ ਰਮੰਨਾ ਤੇ ਹੁਣ ਗੱਲ ਕਰ ਲੈਣੇ ਆ ਕਿ ਇਸ ਕਿਸਾਨ ਦੇ ਪੁੱਤ ਦਾ ਹੁਣ ਤੱਕ ਦਾ ਸਫਰ ਕਿਹੋ ਜਿਹਾ ਰਿਹਾ ਗੱਲ ਕੀਤੀ ਜਾਵੇ 27 ਅਗਸਤ 1957 ਚ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਕ੍ਰਿਸ਼ਨਾ ਦੇ ਪੋਨਾਵਰਮ ਪੋਨਾ ਮਾਫ ਕਰਨਾ ਪੋਨਾਵਰਮ ਪਿੰਡ ਚ ਇਹਨਾਂ ਦਾ ਜਨਮ ਹੁੰਦਾ ਹੈ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਲੋ ਕਰੀਅਰ ਨੂੰ ਸਟਾਰਟ ਕਰਨ ਤੋਂ ਪਹਿਲਾਂ ਚੀਫ ਜਸਟਿਸ ਆਫ ਇੰਡੀਆ ਜਿਹੜੇ ਹੁਣ ਅਪਾਇੰਟ ਹੋਏ ਨੇ ਜਸਟਿਸ ਐਨਵੀ ਰਮੰਨਾ ਉਹ ਇੱਕ ਪੱਤਰਕਾਰ ਵੀ ਰਹੇ ਚੁੱਕੇ ਨੇ ਕੁਝ ਸਮੇਂ ਲਈ ਉਹਨਾਂ ਨੇ ਤੇਲਗੂ ਦੇ ਇੱਕ ਮੁੱਖ ਅਖਬਾਰ ਲਈ ਜਿਹੜਾ ਹੈ ਪੱਤਰਕਾਰ ਵਜੋਂ ਕੰਮ ਕੀਤਾ ਤੇ ਉਸ ਤੋਂ ਬਾਅਦ ਅਗਰ ਉਹਨਾਂ ਦੇ ਲੋ ਕੈਰੀਅਰ ਦੀ ਗੱਲ ਕੀਤੀ ਜਾਵੇ ਤੇ ਅਸੀਂ ਦੱਸਾਂਗੇ ਉਹਨਾਂ ਨੇ ਕੀ ਕੀ ਮੁੱਖ ਜੱਜਮੈਂਟ ਦਿੱਤੀਆਂ ਨੇ ਹੁਣ ਤੱਕ ਉਸ ਤੋਂ ਪਹਿਲਾਂ ਉਹਨਾਂ ਦੇ ਕੈਰੀਅਰ ਦੀ ਗੱਲ ਕਰ ਲੈਣੇ ਆ ਸਭ ਤੋਂ ਪਹਿਲਾਂ ਜਿਹੜਾ ਹੈ ਗੱਲ ਕੀਤੀ ਜਾਵੇ ਚਾਰ ਦਸ਼ਕ ਤਕਰੀਬਨ ਹੋ ਗਏ ਨੇ ਉਹਨਾਂ ਨੂੰ ਲੋ ਦੀ ਫੀਲਡ ਵਿੱਚ ਤੇ ਅਗਰ ਗੱਲ ਕੀਤੀ ਜਾਵੇ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਹੈ ਵਕਾਲਤ ਆਪਣੀ ਸ਼ੁਰੂਆਤ ਕੀਤੀ ఆంధ్రప్రదేశ్ హైకోర్టు ਤੋਂ ਫਿਰ ਸੁਪਰੀਮ ਕੋਰਟ ਚ ਜਿਹੜਾ ਹੈ ਉਹਨਾਂ ਨੇ ਪ੍ਰੈਕਟਿਸ ਕੀਤੀ ਉਸ ਤੋਂ ਬਾਅਦ ਜਿਹੜਾ ਹੈ ਸੈਂਟਰਲ ਗਵਰਨਮੈਂਟ ਦੇ ਸਟੈਂਡਿੰਗ ਕਾਉਂਸਲ ਵਕੀਲ ਰਹੇ ਉਸ ਤੋਂ ਬਾਅਦ ਇੰਡੀਅਨ ਰੇਲਵੇ ਦੇ ਸਟੈਂਡਿੰਗ ਕਾਉਂਸਲ ਵਕੀਲ ਰਹੇ ਫਿਰ ਐਡਵੋਕੇਟ ਜਨਰਲ ਰਹੇ ਆਂਧਰਾ ਪ੍ਰਦੇਸ਼ ਦੇ ਤੇ ਉਸ ਤੋਂ ਬਾਅਦ ਗੱਲ ਕੀਤੀ ਜਾਵੇ 27 ਜੂਨ 2009 ਨੂੰ ਪਰਮਾਨੈਂਟ ਜੱਜ ਬਣੇ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਫਿਰ ਉਸ ਤੋਂ ਬਾਅਦ ਉੱਥੇ ਦੇ ਹੀ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਯੋ ਚੀਫ ਜਸਟਿਸ ਰਹੇ ਲੇਕਿਨ ਸਿਰਫ 2 ਮਹੀਨੇ ਲਈ 10 ਮਾਰਚ 2013 ਤੋਂ ਲੈ ਕੇ 20 ਮਈ 2013 ਤੱਕ ਫਿਰ ਉਸ ਤੋਂ ਬਾਅਦ ਗੱਲ ਕੀਤੀ ਜਾਵੇ ਦਿੱਲੀ ਹਾਈ ਕੋਰਟ ਦੇ ਉਹ ਚੀਫ ਜਸਟਿਸ ਰਹੇ 2 ਸਤੰਬਰ 2013 ਤੋਂ ਉਹਨਾਂ ਨੇ ਜਿਹੜੀ ਸ਼ੁਰੂਆਤ ਕੀਤੀ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਦੇ ਵਜੋਂ ਫਿਰ ਉਸ ਪ੍ਰੀਮ ਕੋਰਟ ਪੁੱਜੇ 17 ਫਰਵਰੀ 2014 ਤੋਂ ਤੇ ਹੁਣ ਤੱਕ ਜਿਹੜਾ ਹੈ ਉੱਥੇ ਦੇ ਉਹ ਚੀਫ ਅਗਰ ਹੁਣ ਤੱਕ ਦੀ ਗੱਲ ਕੀਤੀ ਜਾਵੇ ਉੱਥੇ ਉਹਨਾਂ ਨੇ ਐਜ਼ ਅ ਜਜ ਕੰਮ ਕੀਤਾ ਫਿਰ ਉਸ ਸੀਨੀਅਰ ਮੋਸਟ ਜੱਜ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਰეკਮੈਂਡ ਕੀਤਾ ਗਿਆ ਤੇ ਪ੍ਰੈਜ਼ੀਡੈਂਟ ਨੇ ਮੋੜ ਲਗਾਈ ਤੇ ਹੁਣ ਉਹ 48ਵੇਂ ਚੀਫ ਜਸਟਿਸ ਆਫ ਇੰਡੀਆ ਬਣੇ ਨੇ ਹੁਣ ਗੱਲ ਕੀਤੀ ਜਾਵੇ ਉਹਨਾਂ ਨੇ ਕੀ ਮੁੱਖ ਜੱਜਮੈਂਟ ਆਪਣੀ ਲਾਈਫ ਚ ਦਿੱਤੀ ਤੁਹਾਨੂੰ ਯਾਦ ਹੋਵੇਗਾ 2019 ਚ ਜਿਹੜਾ ਹੈ ਜੰਮੂ ਐਂਡ ਕਸ਼ਮੀਰ ਤੋਂ 370 ਆਰਟੀਕਲ ਹਟਾਇਆ ਗਿਆ ਉਸ ਤੋਂ ਬਾਅਦ ਉੱਥੇ ਜੋ ਪ੍ਰਸਥਿਤੀਆਂ ਬਣੀਆਂ ਇੰਟਰਨੈਟ ਨੂੰ ਬੈਨ ਕਰ ਦਿੱਤਾ ਗਿਆ ਲੰਬੇ ਸਮੇਂ ਲਈ ਤੇ ਤਕਰੀਬਨ 1 ਸਾਲ ਜਿਹੜਾ ਹੈ ਇੰਟਰਨੈਟ ਉੱਥੇ ਬੰਦ ਰਿਹਾ ਵੀ ਸੋਚ ਸਕਦੇ ਹਾਂ ਜਦੋਂ ਇੰਟਰਨੈਟ ਜਦੋਂ ਵੀ ਬੰਦ ਹੁੰਦਾ ਹੈ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ ਅਸੀਂ ਸਾਰਾ ਦਿਨ ਇੰਟਰਨੈਟ ਯੂਜ਼ ਕਰਦੇ ਹਾਂ ਤੇ ਉੱਥੇ ਇੰਟਰਨੈਟ 1 ਸਾਲ ਤੱਕ ਬੰਦ ਰਿਹਾ ਤੇ ਉਹ ਜਦੋਂ ਬੈਨ ਜਿਨ੍ਹਾਂ ਨੇ ਹਟਾਇਆ ਉਹ ਜਸਟਿਸ ਐਨਵੀ ਰਮੰਨਾ ਨੇ ਹਟਾਇਆ ਇਸ ਤੋਂ ਇਲਾਵਾ ਚੀਫ ਜਸਟਿਸ ਆਫ ਇੰਡੀਆ ਆਫਿਸ ਨੂੰ ਆਰਟੀਆਈ ਦੇ ਤਹਿਤ ਅਗਰ ਕਿਸੇ ਨੇ ਲਿਆਇਆ ਤੇ ਉਸ ਦਾ ਫੈਸਲਾ ਵੀ ਜਸਟਿਸ ਐਨਵੀ ਰਮੰਨਾ ਦੇ ਨਾਮ ਜਾਂਦਾ ਹੈ ਤੇ ਇੱਕ ਹੋਰ ਗੱਲ ਕੀਤੀ ਜਾਵੇ ਮੁੱਖ ਫੈਸਲੇ ਦੀ ਮਹਾਰਾਸ਼ਟਰਾ 2019 ਤ ਬਹੁਤ ਜ਼ਿਆਦਾ ਅਗਰ ਗੱਲ ਕੀਤੀ ਜਾਵੇ ਰਾਜਨੀਤਿਕ ਉਥਲ ਪਥਲ ਹੁੰਦੀ ਹੈ Shiv Sena NCP BJP ਸਾਰੇ ਆਪਣੀ ਸਰਕਾਰ ਬਣਾਉਣ ਨੂੰ ਪੂਰਾ ਜੋਰ ਲਗਾ ਲੈਂਦੇ ਨੇ ਤੇ ਉਸ ਵੇਲੇ ਮਹਾਰਾਸ਼ਟਰਾ ਦੀ ਵਿਧਾਨ ਸਭਾ ਚ ਫਲੋਰ ਟੈਸਟ ਦਾ ਅਗਰ ਕਿਸੇ ਨੇ ਦਿੱਤਾ ਜਿਹੜਾ ਹੈਗਾ ਫਰਮਾਨ ਆਰਡਰ ਦਿੱਤਾ ਤਾਂ ਉਹ ਵੀ ਜਿਹੜਾ ਹੈ ਜਸਟਿਸ ਐਨ ਵੀ ਰਮੰਨਾ ਨੇ ਦਿੱਤਾ ਤੇ ਇਹ ਮੁੱਖ ਜਿਹੜੇ ਹੈ ਜਜਮੈਂਟ ਸੀਗੇ ਜੋ ਜਸਟਿਸ ਐਨ ਵੀ ਰਮੰਨਾ ਦੇ ਨਾਮ ਰਹੇ ਤੇ ਹੁਣ ਉਹ 48ਵੇਂ ਚੀਫ ਜਸਟਿਸ ਵਜੋਂ ਜਿਹੜਾ ਹੈਗਾ ਹੈ ਅਪਾਇੰਟ ਹੋ ਚੁੱਕੇ ਨੇ ਤੇ 24 ਅਪ੍ਰੈਲ ਨੂੰ ਆਪਣਾ ਜਿਹੜਾ ਹੈ ਪਦਵਾਰ ਸੰਭਾਲਣਗੇ ਤੇ ਇਹ तमाम ਚੀਜ਼ ਅਸੀਂ ਤੁਹਾਨੂੰ ਦੱਸਿਆਂ ਕਿ ਕਿਵੇਂ ਇੱਕ ਕਿਸਾਨ ਦਾ ਪੁੱਤ ਚੀਫ ਜਸਟਿਸ ਆਫ ਇੰਡੀਆ ਬਣਿਆ ਤੇ ਖਾਸ ਪੇਸ਼ਕਸ਼ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹੋਰ ਤਾਜ਼ਾ ਤਰੀਨ ਖਬਰਾਂ ਲਈ ਜੁੜੇ ਰਹੋ ਵਰਲਡ ਪੰਜਾਬੀ ਟੀਵੀ ਦੇ ਨਾਲ ਹਜੇ ਮੈਨੂੰ ਯਾਨੀ ਕਿ ਅੰਕੁਸ਼ ਕੁਲਿੰਦੋ ਅਦਾਜ਼ਤ